ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹੁਣ ਸਰਕਾਰ ਮਾਫ ਕਰੇਗੀ ਸਾਰੇ ਕਰਜ਼ੇ ਇਹਨਾਂ ਲੋਕਾਂ ਦੇ ਖਾਤਿਆਂ 'ਚ ਆਉਣਗੇ ਪੈਸੇ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਹੈ ਉਹ ਤਾਂ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਖੇਤੀ ਵਿੱਚ ਕਿਸਾਨਾਂ ਵਾਲੀ ਬਹੁਤ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਭ ਤੋਂ ਵੱਡੀ ਮੁਸ਼ਕਲ ਕਰ ਜਾ ਹੈ ਦੇਸ਼ ਦੇ ਕਿਸਾਨਾਂ ਦੀ ਆਰਥਿਕ ਹਾਲਤ ਕੁਝ ਠੀਕ ਨਹੀਂ ਹੈ ਖਾਸ ਕਰਕੇ ਛੋਟੇ ਕਿਸਾਨ ਦੀ ਮੰਡੀ ਦੀ ਇਸ ਜ਼ੋਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਕਈ ਕਿਸਾਨ ਜਿਹੇ ਨੇ ਜਿਨ੍ਹਾਂ ਦੇ ਖਰਚੇ ਤੱਕ ਨਹੀਂ ਪੂਰੇ ਹੁੰਦੇ ਖਾਸ ਕਰਕੇ ਜਿੰਨਾ ਕਿਸਾਨਾਂ ਦੇ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਤੇ ਉਹਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ ਹੁੰਦੀਆਂ ਨੇ ਪਰ ਉਹਨਾਂ ਸਰਕਾਰ ਵੱਲੋਂ ਕਰਜ਼ੇ ਨੂੰ ਲੈ ਕੇ ਵੱਡਾ ਲਾਣ ਕਰ ਦਿੱਤਾ ਗਿਆ ਹੈ ਜਿਸ ਨਾਲ ਕਿਸਾਨਾਂ ਦੇ ਚਿਹਰੇ ਖੇੜ ਗਏ ਨੇ ਇਸ ਤਰ੍ਹਾਂ ਹੀ ਖੇਤ ਮਜ਼ਦੂਰਾ ਦੇ ਅਨੁਸੂਚਿਤ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੇ ਸਿਰ ਤੇ ਵੀ ਕਰਜ਼ਾ ਹੈ ਜਿਸ ਵੱਲ ਕਿਸੇ ਦਾ ਹੁਣ ਤੱਕ ਧਿਆਨ ਨਹੀਂ ਸੀ ਹੁਣ ਪੰਜਾਬ ਦੇ ਮੁਖਵੰਦੇ ਜੰਦੀ ਸਿੰਘ ਚੰਨੀ ਵੱਲੋਂ ਅਣਸੁਧਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦਾ ਕਰਜ਼ਾ ਮਾਫ਼ ਕਰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਸ਼ੁਰੂਆਤ ਵਿੱਚ ਲਗਭਗ 80 ਕਰੋੜ ਦਾ ਕਰਜ਼ਾ ਮਾਫ਼ ਕੀਤਾ ਜਾਏਗਾ ਇਹਨਾਂ ਕਿਸਾਨ ਤੇ ਖੇਤ ਮਜ਼ਦੂਰ ਵੀ ਸ਼ਾਮਲ ਨੇ ਜਿੰਨਾ ਵਿੱਚ ਹੁਣ ਤੱਕ ਸਰਕਾਰ ਦਾ ਧਿਆਨ ਨਹੀਂ ਗਿਆ ਇਹ ਚੰਨੀ ਸਰਕਾਰ ਵੱਲੋਂ ਇੱਕ ਕਾਫੀ ਸ਼ਲਾਘਾਯੋਗ ਕਦਮ ਚੁੱਕਿਆ ਜਾ ਰਿਹਾ ਹੈ ਇਸੇ ਤਰ੍ਹਾਂ ਕਈ ਕਿਸਾਨ ਕੋਲ ਖੇਤੀ ਲਈ ਟਰੈਕਟਰ ਨਹੀਂ ਹੁੰਦਾ ਪਰ ਟਰੈਕਟਰ ਸਭ ਤੋਂ ਜ਼ਰੂਰਾ ਜਿਆਦਾ ਜ਼ਰੂਰੀ ਦਾ ਸੰਦ ਹੈ ਜੋ ਕਿਸਾਨ ਟਰੈਕਟਰ ਕਿਦਾਂ ਤੋਂ ਸੋਚ ਰਹੇ ਤੇ ਉਹ ਅੱਧੇ ਮੁੱਲ ਦੇ ਟਰੈਕਟਰ ਮਿਲੇਗਾ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨਵਾਂ ਟਰੈਕਟਰ ਖਰੀਦਣ ਤੇ 50% ਸਬਸਿਡੀ ਦੇ ਰਹੀ ਹੈ ਯਾਨੀ ਤੁਹਾਨੂੰ ਟਰੈਕਟਰ ਖਰੀਦਣ ਤੇ ਅੱਧੀ ਕੀਮਤ ਦੇਣੀ ਪਵੇਗੀ ਬਾਕੀ ਅੱਧੀ ਕੀਮਤ ਸਰਕਾਰ ਦੇਵੇਗੀ ਖਬਰ ਨੂੰ ਲਾਸਤ ਦੇਖਣ